रोजाना लोक नाद टीवी देख रहे हो तुसीं ते मैं हाँ सुखविंदर सिंह सिद्धू। गल नवजोत सिंह सिद्धू दे बारे करांगे। नवजोत सिंह सिद्धू इस वक्त पंजाब दी सियासत दे सब तो चर्चित चेहरे ने। आम तौर पर यह गल कही जाती है कि नवजोत सिंह सिद्धू दे उपर कोई भी किसी तरीके का दाग नहीं है। पंजाब दे लई उह काम करदे आ रहे ने, पहला देश दे लई क्रिकेट खेडी, फिर पंजाब दे लई उह सियासत करना चाहुंदे सी, राज्यसभा की मैंबरी छड्डी, पंजाब दे लई होर बहुत सारे अहुदे छड्डे। पर लोग कहिंदे ने कि नवजोत सिंह सिद्धू एक मौका प्रस्त है ते कुर्सी दे लई जां फिर कुछ होर लालचां दे लई कहिंदे नवजोत सिंह सिद्धू अगे आउंदा। जिस तरीके दे नाल असीं नवजोत सिंह सिद्धू नूं देखिआ सब कुछ त्याग करदे होए, की लगदा कि इह गल्लां सच ने, इक वारी आपां दस दईए। ਜੇ ਦੇਖੋ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜੀਵਨ ਦੇ ਉੱਤੇ ਅਸੀਂ ਝਾਤ ਮਾਰਦੇ ਹਾਂ, ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਾਲਿਦ ਸਾਹਿਬ, ਉਹਨਾਂ ਦੇ ਪਿਤਾ ਜੀ ਬਹੁਤ ਵੱਡੇ ਫਰੀਡਮ ਫਾਈਟਰ ਔਰ ਦੇਸ਼ ਲਈ ਜਿਹੜੇ ਨੇ ਸੋਚਣ ਵਾਲੇ ਔਰ ਦੇਸ਼ ਦੇ ਆਮ ਲੋਕਾਂ ਦੇ, ਖਾਸ ਤੌਰ 'ਤੇ ਮੈਂ ਕਹਿਣਾ ਚਾਹਾਂਗਾ ਕਿ ਉਹ ਆਮ ਲੋਕਾਂ ਦੇ, ਮਜ਼ਦੂਰਾਂ ਦੇ, ਕਿਸਾਨਾਂ ਦੇ ਨਾਲ ਖੜਨ ਵਾਲੇ ਇੱਕ ਵੱਡੇ ਇਨਸਾਨ ਸੀਗੇ, ਵੱਡੇ ਲੀਡਰ ਸੀਗੇ। ਔਰ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਵੀ ਮੈਨੂੰ ਯਾਦ ਹੈ ਕਿ ਜਦੋਂ ਮੈਂ ਪੜ੍ਹਦਾ ਸੀਗਾ ਤਾਂ ਬਹੁਤ ਸਾਰੀਆਂ ਉਹਨਾਂ ਦੀਆਂ ਪੁਸਤਕਾਂ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਸੀ ਉਹ ਛਪਦੀਆਂ ਸੀਗੀਆਂ ਮੈਗਜ਼ੀਨਾਂ ਦੇ ਵਿੱਚ ਔਰ ਪੁਸਤਕ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਪੜ੍ਹਦੇ ਸੀ। ਖਾਸ ਤੌਰ 'ਤੇ ਜਿਹੜਾ ਅੱਤਵਾਦ ਦਾ ਦੌਰ ਚੱਲਿਆ ਉਹਨਾਂ ਦੇ, ਉਹਨਾਂ ਨੇ ਬਹੁਤ ਖੂਬਸੂਰਤ ਅੱਤਵਾਦ ਦੇ ਦੌਰ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਕਿਤਾਬ ਹੈ ਉਹਨਾਂ ਦੇ ਬਾਰੇ, ਅੱਤਵਾਦ ਬਾਰੇ, ਖਾੜਕੂਵਾਦ ਬਾਰੇ, ਸੋ ਉਹ ਵੀ ਪੜ੍ਹਨ ਵਾਲੀ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਉਹ ਇਹ ਨਹੀਂ ਕੋਈ ਸਧਾਰਨ ਕੋਈ ਪਰਿਵਾਰ 'ਚ ਪੈਦਾ ਹੋਏ, ਉਹ ਇੱਕ ਪੋਲੀਟੀਕਲ ਪਰਿਵਾਰ 'ਚ ਪੈਦਾ ਹੋਏ ਨੇ। ਔਰ ਖਾਸ ਤੌਰ 'ਤੇ ਇਕੱਲੇ ਪੋਲੀਟੀਕਲ ਪਰਿਵਾਰ 'ਚ ਨਹੀਂ, ਉਹ ਵੀ ਪੋਲੀਟੀਕਲ ਪਰਿਵਾਰ ਜਿਹੜਾ ਕਿ ਖੇਤ ਮਜ਼ਦੂਰਾਂ ਨਾਲ ਜੁੜਿਆ ਹੋਇਆ, ਕਿਸਾਨਾਂ ਨਾਲ ਜੁੜਿਆ ਰਿਹਾ ਔਰ ਆਮ ਲੋਕਾਂ ਨਾਲ ਜਿਹੜਾ ਹੈਗਾ ਜੁੜਿਆ ਰਿਹਾ। ਆਮ ਲੋਕਾਂ ਦੀ ਪੋਲੀਟਿਕਸ ਜਿਹੜੀ ਨੇ ਇਹਨਾਂ ਦੇ ਪਿਤਾ ਜੀ ਕਰਦੇ ਰਹੇ ਨੇ। ਸੋ ਉਹਨਾਂ ਤੋਂ ਗੁੜਤੀ ਲੈ ਕੇ ਇਹਨਾਂ ਨੂੰ ਜਦੋਂ ਆਪਾਂ ਇਹਨਾਂ ਦੀ ਲਾਈਫ ਦੇਖਦੇ ਹਾਂ ਤਾਂ ਇਹ ਪੋਲੀਟਿਕਸ 'ਚ ਆਏ ਨੇ। ਔਰ ਪੋਲੀਟਿਕਸ 'ਚ ਆਏ ਨਹੀਂ ਕਿ ਆਪਣੇ ਆਪ ਹੀ ਆ ਗਏ, ਇਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਅਸੀਂ ਸੋਚ ਸਮਝ ਕੇ ਵਿਚਾਰ ਕਰਕੇ ਸਾਰੀਆਂ ਚੀਜ਼ਾਂ ਨੂੰ ਫਿਰ ਇਹ ਐਂਟਰ ਕੀਤੇ ਨੇ। ਔਰ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਾਅ ਤੇ ਲਾਈਆਂ ਨੇ, ਜਿਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਵੇਂ ਤੁਸੀਂ ਲਾਫਟਰ ਚੈਨਲ ਦੀ ਗੱਲ ਕੀਤੀ ਹੈ, ਜਾਂ ਇੱਥੋਂ ਤੱਕ ਕਿ ਜਦੋਂ ਕਮੈਂਟੇਟਰ ਸੀਗੇ, ਜਾਂ ਇੱਥੋਂ ਤੱਕ ਕਿ ਜਦੋਂ ਖਿਡਾਰੀ ਸੀਗੇ, ਇਹਨਾਂ ਨੂੰ ਆਪਾਂ ਨੂੰ ਪਤਾ ਲੱਖਾਂ ਕਰੋੜਾਂ ਰੁਪਇਆ ਇਹ ਕਮਾ ਸਕਦੇ ਆ ਇੱਕ ਦਿਨ ਦੇ ਵਿੱਚ, ਔਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਆਮਦਨ ਦੀ ਤਾਂ ਉਹ ਕਰੋੜਾਂ ਵਿੱਚ ਜਾਂਦੀ ਹੈ। ਸੋ ਉਹ ਸਾਰੀ ਚੀਜ਼ ਨੂੰ ਛਿੱਕੇ ਟੰਗਣਾ ਔਰ ਸਾਰੀ ਚੀਜ਼ ਨੂੰ ਦਾਅ ਤੇ ਲਾ ਕੇ ਸਿਰਫ ਤੇ ਸਿਰਫ ਇਹ ਕਹਿਣਾ ਕਿ ਪੰਜਾਬ ਲਈ ਸੋਚਣਾ ਔਰ ਪੰਜਾਬ ਦੇ ਲੋਕਾਂ ਲਈ ਸੋਚਣਾ, ਪੰਜਾਬ ਦੀ ਭਲਾਈ ਲਈ ਸੋਚਣਾ, ਪੰਜਾਬ ਲਈ ਇੱਕ ਨਵੇਂ ਪੰਜਾਬ ਨੂੰ ਬਣਾਉਣ ਦੇ ਸੁਪਨੇ ਉਸਾਰਨੇ, ਇਹ ਸਾਰੀਆਂ ਚੀਜ਼ਾਂ ਇੱਥੋਂ ਤੈਅ ਹੁੰਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਇੱਕ ਚੰਗੇ ਇਨਸਾਨ ਪੰਜਾਬ ਪ੍ਰਤੀ ਜਿਹੜੇ ਨੇ ਉਹ ਸੋਚ ਰੱਖਣ ਵਾਲੇ, ਇੱਕ ਨਿਰਪੱਖ ਸੋਚ ਰੱਖਣ ਵਾਲੇ ਔਰ ਆਮ ਆਦਮੀ ਦੇ ਜਿਹੜੇ ਨੇ ਉਹ ਰਹਿਨੁਮਾ ਬਣਨ ਵਾਲੇ। ਔਰ ਆਪਾਂ ਨੂੰ ਯਾਦ ਹੈ ਕਿ ਪਿਛਲੇ ਦਿਨਾਂ 'ਚ ਜਦੋਂ ਇੱਕ ਰੇਲਵੇ ਦਾ ਐਕਸੀਡੈਂਟ ਹੋਇਆ ਸੀ ਬਹੁਤ ਭਿਆਨਕ ਅੰਮ੍ਰਿਤਸਰ ਦੇ ਵਿੱਚ, ਔਰ ਉਹਨਾਂ ਨੂੰ ਆਪਣੇ ਪੱਲਿਓਂ ਉਹਨਾਂ ਨੇ ਪੈਸੇ ਦਿੱਤੇ ਸੀਗੇ ਔਰ ਕਿਹਾ ਸੀਗਾ, ਬਿਲਕੁਲ ਤੁਹਾਨੂੰ ਯਾਦ ਹੋਏਗਾ ਕਿ ਮੈਂ ਬਿਲ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤਾ ਗਿਆ ਸੀ। ਬਿਲਕੁਲ ਉਹ ਸਾਰਾ ਬਿੱਲ ਵੀ ਸਾਰਾ ਤੁਸੀਂ ਦੇਖੋਗੇ, ਹਾਲਾਂਕਿ ਸਰਕਾਰ ਜਗ੍ਹਾ ਦੇ ਉੱਪਰ ਕਣਕਾਂ ਨੂੰ ਅੱਗ ਲੱਗ ਗਈ ਸੀ, ਉਹਨਾਂ ਨੂੰ ਵੀ ਮੁਆਵਜ਼ੇ ਦੇ ਤੌਰ ਤੇ ਉਹਨਾਂ ਨੂੰ ਵੀ ਉਹ ਪੱਲਿਓਂ ਪੈਸੇ ਦਿੰਦੇ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਮ ਆਦਮੀ ਔਰ ਸਧਾਰਨ ਲੋਕਾਂ ਦੇ, ਗਰੀਬਾਂ ਦੇ ਜਿਹੜੇ ਨੇ ਉਹ ਮਸੀਹਾ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਬਾਰੇ ਇੱਦਾਂ ਦੀਆਂ ਗੱਲਾਂ ਕਰਨੀਆਂ ਕਿ ਉਹ ਲਾਲਚੀ ਨੇ, ਉਹ ਮਤਲਬ ਇਹ ਜਿਹੜੇ ਨੇ ਲਾਲਚ ਹੋ ਕੇ ਉਹ ਕੁਰਸੀ ਦੇ ਭੁੱਖੇ ਨੇ, ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਸੋਭਦੀਆਂ ਨਹੀਂ ਹੈਗੀਆਂ। ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਜਦੋਂ ਅਸੀਂ ਸਾਰੀ ਇਸ ਵੇਲੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਤੇ ਧਿਆਨ ਮਾਰਦੇ ਹਾਂ, ਖਾਸ ਤੌਰ ਤੇ ਮੈਨੂੰ ਲੱਗਦਾ ਕਦੇ ਪੰਜਾਬ ਦੇ ਨਹੀਂ, ਚਲੋ ਹਿੰਦੁਸਤਾਨ ਦੀ ਗੱਲ ਕਰੀਏ, ਤਾਂ ਇੱਕੋ ਇੱਕ ਐਸੇ ਲੀਡਰ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਨਹੀਂ ਇਕੱਲੇ ਹਿੰਦੁਸਤਾਨ ਦਾ ਕਾਂਗਰਸ ਦਾ ਚਿਹਰਾ ਬਣ ਸਕਦੇ ਨੇ। ਪਰ ਹੋਇਆ ਕੀ, ਹੋ ਕੀ ਰਿਹਾ ਕਿ ਹਿੰਦੁਸਤਾਨ ਦਾ ਕੀ ਇਹਨਾਂ ਨੂੰ ਅੱਗੇ ਲਾਉਣਾ ਸੀਗਾ, ਪੰਜਾਬ ਵਿੱਚ ਹੀ ਇਹਨਾਂ ਨੂੰ ਖੁੱਡੇ ਲਾਈਨ ਲਾਇਆ ਜਾ ਰਿਹਾ। ਆਪਾਂ ਦੇਖ ਰਹੇ ਹਾਂ ਲਗਾਤਾਰ ਪਿਛਲੇ 4 ਸਾਲਾਂ ਤੋਂ ਜਦੋਂ ਜਿਸ ਤਰ੍ਹਾਂ ਦੀ ਤੋਹੀਨ, ਜਿਸ ਤਰ੍ਹਾਂ ਦੀ ਬੇਇੱਜ਼ਤੀ ਕੈਪਟਨ ਸਾਹਿਬ ਸਿੱਧੂ ਸਾਹਿਬ ਦੀ ਕਰਦੇ ਨੇ, ਤਾਂ ਉੱਥੋਂ ਸਾਨੂੰ ਜ਼ਾਹਰ ਹੁੰਦਾ ਕਿ ਇਹ ਬੇਇੱਜ਼ਤੀ ਸਹਿਣੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਔਰ ਕੁਰਸੀ ਦੀ ਜੇਕਰ ਗੱਲ ਕਰੀਏ, ਦਿਲ ਰੱਖਿਆ ਹੋਇਆ ਸਿੱਧੂ ਸਾਹਿਬ ਜੇ ਕੁਰਸੀ ਦੀ ਗੱਲ ਕਰੀਏ ਤਾਂ ਕੁਰਸੀ ਪਹਿਲਾਂ ਉਹਨਾਂ ਨੇ ਰਾਜ ਸਭਾ ਦੀ ਕੁਰਸੀ ਛੱਡੀ ਹੈ, ਫਿਰ ਉਹਨਾਂ ਨੇ ਮੰਤਰੀ ਦੀ ਕੁਰਸੀ ਛੱਡ ਦਿੱਤੀ, ਹੁਣ ਵਾਰ ਵਾਰ ਜੁਆਇਨ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਕਿ ਤੁਸੀਂ ਮੰਤਰੀ ਪਦ ਦੇ ਉੱਪਰ ਜਿਹੜਾ ਹੈਗਾ ਜੁਆਇਨ ਕਰੋ। ਉਸ ਤੋਂ ਪਹਿਲਾਂ
ਜਿਹੜੀ ਉਹਨਾਂ ਦੀ ਵਾਈਫ ਨੂੰ ਵੀ ਇੱਕ ਅਹੁਦਾ ਦਿੱਤਾ ਗਿਆ ਸੀਗਾ ਉਹ ਵੀ ਉਹਨਾਂ ਨੇ ਛੱਡ ਦਿੱਤਾ ਸੀਗਾ। ਫਿਰ ਪੈਸਿਆਂ ਦੀ ਜੇਕਰ ਗੱਲ ਕਰੀਏ ਤਾਂ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਕਰਨ ਦੇ ਬਦਲੇ ਉਹਨਾਂ ਨੇ ਕਮੈਂਟਰੀ ਜਿਹੜੀ ਛੱਡ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਲਾਫਟਰ ਚੈਲੰਜ ਜਿਹੜਾ ਚੱਲ ਰਿਹਾ ਸੀਗਾ ਉਹ ਵੀ ਛੱਡ ਦਿੱਤਾ, ਸ਼ੋਅ ਕਪਿਲ ਵਾਲਾ ਛੱਡ ਦਿੱਤਾ। ਜਿਹੜੀ ਨਾ ਤਾਂ ਫਿਰ ਕੁਰਸੀ ਦੇ ਪਿੱਛੇ ਹੋਏ, ਤਾਂ ਗੱਲ ਤਾਂ ਸਾਫ਼ ਹੋ ਗਈ ਨਾ, ਫਿਰ ਜਾਂ ਤਾਂ ਨਾ ਤਾਂ ਕੁਰਸੀ ਪਿੱਛੇ ਹੋਏ ਨਾ ਪੈਸਿਆਂ ਪਿੱਛੇ ਹੋਏ, ਫਿਰ ਵੀ ਸਵਾਲ ਕਿਉਂ ਉੱਠ ਰਹੇ? ਸੁਖਵਿੰਦਰ ਜੀ ਦੇਖੋ, ਕੱਲਾ ਇਹਨਾਂ ਨੇ ਆਪਣਾ ਅਹੁਦਾ ਜਾਂ ਆਪਣੀ ਪਤਨੀ ਦਾ ਅਹੁਦਾ, ਕਿਉਂਕਿ ਉਹ ਤਾਂ ਪੋਲਿਟਿਕਸ 'ਚ ਸ਼ਾਮਿਲ ਨੇ। ਮੈਂ ਇੱਥੇ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਬੇਟਾ ਕਰਨ ਸਿੱਧੂ, ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਕਿ ਕਰਨ ਸਿੱਧੂ ਇਹਨਾਂ ਦਾ ਬੇਟਾ ਔਰ ਬੇਟੀ ਦੋਨੋਂ ਮੇਰੇ ਕੋਲ ਪੜ੍ਹੇ ਨੇ YPS ਪਟਿਆਲਾ ਦੇ ਵਿੱਚ। YPS ਪਟਿਆਲਾ ਦੇ ਵਿੱਚ ਸਿੱਧੂ ਵੀ ਉੱਥੋਂ ਦੇ ਸਟੂਡੈਂਟ ਰਹੇ ਨੇ, ਉਸੇ ਸਕੂਲ ਦੇ ਉੱਥੇ ਮੈਂ ਲਗਭਗ 10 ਸਾਲ ਪੜ੍ਹਾਇਆ ਸੁਖਵਿੰਦਰ ਜੀ। ਔਰ ਕਰਨ ਜਿਹੜਾ ਸੀਗਾ, ਕਿਉਂਕਿ ਉਹਨੇ ਬਾਅਦ ਦੇ ਵਿੱਚ LLM ਕੀਤੀ ਹੈ, LLB ਕੀਤੀ ਹੈ, ਔਰ ਉਹਨੂੰ ਬਹੁਤ ਅੱਛੀ ਪੋਸਟ ਮਿਲ ਗਈ ਸੀਗੀ ਪਿਛਲੇ ਕੁਝ ਸਾਲ ਕੁ ਪਹਿਲਾਂ। ਪਰ ਇਹਨਾਂ ਨੂੰ ਜਦੋਂ ਲੱਗਿਆ ਕਿ ਇਹਦੇ ਨਾਲ ਮੇਰੇ ਸਿਆਸੀ ਕਿਰਦਾਰ ਦੇ ਉੱਤੇ ਕੋਈ ਉਂਗਲੀਆਂ ਚੁੱਕ ਰਹੇ ਨੇ ਲੋਕ, ਤਾਂ ਇਹਨਾਂ ਨੇ ਉਹ ਵੀ ਜਿਹੜੀ ਸੀਗੀ ਉਹ ਕੁਰਸੀ ਵੀ ਜਿਹੜੀ ਉਹ ਪੋਸਟ ਵੀ ਜਿਹੜੀ ਸੀ ਕਰਨ ਦੀ, ਉਹ ਵੀ ਉਹਨਾਂ ਨੇ ਕਿਹਾ ਵੀ ਤੂੰ ਅਸਤੀਫਾ ਦੇ ਦੇ। ਸੋ ਉਹ ਵੀ ਜਿਹੜੇ ਹੈਗੇ ਆ ਦਾਅ ਤੇ ਲਾਈ। ਮੇਰਾ ਕਹਿਣ ਦਾ ਮਤਲਬ ਹੈ ਕਿ ਇੰਨੇ ਖੁਦਦਾਰ ਜਿਹੜੇ ਨੇ ਉਹ ਲੀਡਰ ਨੇ, ਔਰ ਬਿਲਕੁਲ ਕਿਸੇ ਕੋਈ ਵੀ ਬੰਦਾ ਜਿਹੜਾ ਹੈਗਾ ਇਹਨਾਂ ਤੇ ਕੋਈ ਏਦਾਂ ਦੀ ਉਂਗਲ ਨਹੀਂ ਚੁੱਕ ਸਕਦਾ। ਸੋ ਏਦਾਂ ਦੇ ਬੰਦਿਆਂ ਨੂੰ ਬਜਾਏ ਅੱਗੇ ਲਾਉਣ ਦੇ, ਇਹਨਾਂ ਨੂੰ ਜਦੋਂ ਪਿੱਛੇ ਤੱਕਿਆ ਜਾਂਦਾ ਤਾਂ ਮਨ ਬੜਾ ਉਦਾਸ ਹੁੰਦਾ। ਸੋ ਸਿੱਧੂ ਸਾਹਿਬ ਦੇ ਕੋਲ ਸਵਾਲ ਕਿਉਂ ਚੁੱਕ ਰਹੇ ਇਹਨਾਂ ਦੇ, ਕਾਰਨ ਕੀ ਹੋ ਸਕਦਾ? ਇਹ ਦੇਖੋ, ਕਾਂਗਰਸੀ ਜਿਹੜੇ ਨੇ, ਮੈਂ ਇਹੀ ਕਹਿ ਰਿਹਾ ਕਿ ਜਿਹੜੀ ਕੋਟਰੀ ਹੈ, ਖਾਸ ਤੌਰ ਤੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਹੈ, ਉਹਨਾਂ ਦੀ ਮੰਡਲੀ ਹੈ, ਔਰ ਉਹ ਜਿਹੜੀ ਝੂਠ ਦੇ ਉੱਤੇ ਸਿਰਜੀ ਹੋਈ ਆ ਸਾਰੀ, ਉਹਨਾਂ ਦੀ ਤੁਸੀਂ ਦੇਖੋਗੇ ਕਿ ਅੱਜ ਲਾਰੇ ਲੱਪੇ ਲਾ ਕੇ ਸਾਰਾ, ਆਪਾਂ ਨੂੰ ਪਤਾ ਹੈ ਕਿ ਅਖਬਾਰਾਂ ਦੇ ਅਖਬਾਰਾਂ ਭਰੀਆਂ ਪਈਆਂ ਨੇ ਕਿ ਅੱਜ ਅਸੀਂ ਆਹ ਕਰ ਰਹੇ ਹਾਂ, ਅੱਜ ਅਸੀਂ ਆਹ ਕੀਤਾ ਹੈ, ਔਰ ਇਹੀ ਕਹੀ ਜਾ ਰਹੇ ਨੇ ਕਿ ਅਸੀਂ 85% ਵਾਅਦੇ ਪੂਰੇ ਕਰਤੇ। ਸੋ ਉਹ ਜਿਹੜੀ ਝੂਠ ਦੀ ਜੁੰਡਲੀ ਹੈ, ਉਹ ਲਗਾਤਾਰ ਜਿਹੜੀ ਕੈਪਟਨ ਸਾਹਿਬ ਦੇ ਨਾਲ ਜੁੜੀ ਹੋਈ ਹੈ, ਲਗਾਤਾਰ ਸਿੱਧੂ ਸਾਹਿਬ ਦੇ ਉੱਤੇ ਉਂਗਲੀਆਂ ਚੁੱਕ ਰਹੀ ਹੈ, ਔਰ ਉਹਨਾਂ ਨੂੰ ਇਹ ਲਾਲਚੀ ਇਹਨਾਂ ਨੂੰ ਦੱਸ ਰਹੀ ਹੈ, ਜਦੋਂ ਕਿ ਲਾਲਚੀ ਉਹ ਆਪ ਨੇ। ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮੇਰੀ ਇਹ ਆਖਰੀ ਪਾਰੀ ਹੋਏਗੀ, ਅਗਲੀ ਪਾਰੀ ਦੇ ਵਿੱਚ ਮੈਂ ਇੱਥੇ ਦਿਖਾਈ ਤੁਹਾਨੂੰ ਨਹੀਂ ਦੇਵਾਂਗਾ, ਮੈਂ ਛੱਡਾਂਗਾ ਆਪਣੀ ਕੁਰਸੀ। ਔਰ ਲਗਾਤਾਰ ਇੰਨਾ ਲਾਲਚ ਤਾਂ ਆਪਾਂ ਕਿਸੇ ਵਿੱਚ ਨਹੀਂ ਦੇਖਿਆ, ਈਵਨ ਇੱਥੋਂ ਤੱਕ ਕਿ ਜਿਹੜੇ ਵੱਡੇ ਬਾਦਲ ਸਾਹਿਬ ਨੇ ਉਹ ਵੀ ਜਿਹੜੇ ਨੇ ਅਕਾਲੀ ਦਲ ਵਾਲਿਆਂ 'ਚ ਇੰਨਾ ਲਾਲਚ ਨਹੀਂ ਹੈ ਜਿੰਨਾ ਇਹਨਾਂ ਦੇ ਵਿੱਚ ਆ ਚੁੱਕਿਆ। ਸੋ ਕਿਸੇ ਵੇਲੇ ਤਾਂ ਕੈਪਟਨ ਸਾਹਿਬ ਕਹਿੰਦੇ ਸੀ ਮੈਨੂੰ ਆਖਰੀ ਵੋਟਾਂ ਦਿਓ ਤੁਸੀਂ, ਮੈਨੂੰ ਜਿਤਾ ਦਿਓ ਆਖਰੀ ਵਾਰੀ, ਹੁਣ ਉਹ ਕਹਿੰਦੇ ਨੇ ਮੈਂ ਅਗਲੀ ਵਾਰੀ ਫੇਰ ਤਿਆਰ ਬੈਠਾ, ਔਰ ਉਹਨਾਂ ਦੀ ਸਾਰੀ ਜਿਹੜੀ ਜੁੰਡਲੀ ਹੈ ਉਹ ਉਹਨਾਂ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਹਿੱਸਾ ਪੱਤੀ ਉਹਨਾਂ ਨੂੰ ਵਿੱਚੋਂ ਮਿਲ ਸਕੇ। ਸੋ ਕਹਿਣ ਦਾ ਮਤਲਬ ਹੈ ਕਿ ਆਮ ਲੋਕ ਜਿਹੜੇ ਨੇ, ਆਮ ਲੋਕ ਤਾਂ ਸਿੱਧੂ ਸਾਹਿਬ ਨੂੰ ਚਾਹੁੰਦੇ ਨੇ, ਪਰ ਜਿਹੜੀ ਕੈਪਟਨ ਦੀ ਜੁੰਡਲੀ ਹੈ ਉਹ ਕਿਤੇ ਨਾ ਕਿਤੇ ਇਹਨਾਂ ਦਾ ਵਿਰੋਧ ਜਾਣ ਬੁੱਝ ਕੇ ਕਰ ਰਹੀ ਹੈ, ਤਾਂ ਕਿ ਇਹ ਚੰਗਾ ਬੱਦਾ ਜਿਹੜਾ ਹੈਗਾ ਜੇ ਅੱਗੇ ਆ ਗਿਆ ਤਾਂ ਸਾਡੀ ਜਿਹੜਾ ਹਲਵਾ ਮੰਡਾ ਹੈ ਸਾਡਾ ਉਹ ਖਤਮ ਹੋ ਜਾਊਗਾ, ਤੇ ਇਸ ਕਰਕੇ ਜਿਹੜੇ ਨੇ ਚੰਗੇ ਲੋਕ ਪੋਲਿਟਿਕਸ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਇਹਦੇ ਕਰਕੇ ਕੀ ਹੋਏਗਾ ਕਿ ਸਾਡੀ ਜਿਹੜੀ ਹੈਗੀ ਹੈ ਉਹ ਸਾਡੀ ਪੋਲਿਟਿਕਸ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਦਾਅ ਤੇ ਲੱਗ ਜਾਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਆਪਾਂ ਨੇ ਜ਼ਿਕਰ ਕੀਤਾ ਹੈ ਕਿ ਹੁਣ ਲੋਕ ਸਵਾਲ ਪੁੱਛਣੇ ਸ਼ੁਰੂ ਹੋ ਗਏ, ਲੋਕ ਹੁਣ ਲੀਡਰਾਂ ਤੋਂ ਸਵਾਲ ਪੁੱਛ ਰਹੇ ਨੇ, ਇਹਨਾਂ ਨੂੰ ਘੇਰ ਰਹੇ ਨੇ, ਔਰ ਇਹਨਾਂ ਦਾ ਜੇ ਇਹੀ ਹਾਲਤ ਰਹੀ, ਕਿਉਂਕਿ ਕੈਪਟਨ ਸਾਹਿਬ ਦਾ ਆਪਾਂ ਨੂੰ ਪਤਾ ਹੈ 4 ਸਾਲ ਤੋਂ ਪੰਜਾਬ 'ਚ ਵੜੇ ਹੀ ਨਹੀਂ ਹੈਗੇ। ਸੋ ਵਾਅਦੇ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਵਾਅਦੇ ਤਾਂ ਹੀ ਪੂਰੇ ਹੁੰਦੇ ਆ ਜੇ ਜਿਹੜਾ ਵੀ ਕੈਪਟਨ ਹੁੰਦਾ ਹੈ, ਜਿਹੜਾ ਵੀ ਲੀਡਰ ਹੁੰਦਾ ਹੈ, ਜਿਹੜਾ ਵੀ ਮੁੱਖ ਮੰਤਰੀ ਹੁੰਦਾ ਹੈ, ਉਹ ਜੇ ਆਪਣੇ ਸਟੇਟ 'ਚ ਆਏਗਾ ਤਾਂ ਹੀ ਵਾਅਦੇ ਪੂਰੇ ਹੋਣਗੇ। ਜਿਹੜਾ ਬੰਦਾ ਵੜਦਾ ਹੀ ਨਹੀਂ ਹੈ ਸਟੇਟ ਦੇ ਵਿੱਚ, ਉਹ ਬਾਹਰ ਬੈਠ ਕੇ ਸਟੇਟ ਤੋਂ ਬਾਹਰ ਰਹਿ ਕੇ ਜਿਹੜਾ ਹੈਗਾ ਉਹ ਰਾਜਧਾਨੀ 'ਚ ਬਹਿ ਕੇ ਜਾਂ ਰਾਜਧਾਨੀ ਤੋਂ ਵੀ ਬਾਹਰ ਬਹਿ ਕੇ ਜੰਗਲਾਂ 'ਚ ਬੈਠ ਕੇ ਪਹਾੜਾਂ 'ਚ ਬਹਿ ਕੇ ਉਹ ਕੋਈ ਪੰਜਾਬ ਦਾ ਸੁਧਾਰ ਥੋੜ੍ਹੀ ਹੋਏਗਾ। ਸੋ ਇਸ ਕਰਕੇ ਪੰਜਾਬ ਦੇ ਸੁਧਾਰ ਲਈ ਪੰਜਾਬੀਆਂ ਦੇ ਵਿੱਚ ਵਿਚਰਨਾ ਪਏਗਾ, ਪੰਜਾਬੀਆਂ ਨਾਲ ਮੋਢੇ ਨਾਲ ਮੋਢਾ ਜੋੜਨਾ ਪਏਗਾ, ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਜ਼ਮੀਨੀ ਪੱਧਰ ਤੇ ਸਮਝ ਕੇ ਉਹਨਾਂ ਨੂੰ ਹੱਲ ਕਰਨਾ ਪਏਗਾ। ਇਹ ਗੱਲ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ, ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਆਪਾਂ ਨੂੰ ਪਤਾ ਹੈ ਕਿ ਜ਼ਮੀਨ ਨਾਲ ਜੁੜੇ ਹੋਏ ਨੇਤਾ ਨੇ, ਔਰ ਜਦੋਂ ਉਹ ਖੇਡਦੇ ਵੀ ਸੀਗੇ, ਜਦੋਂ ਉਹ ਸਾਡੇ YPS ਪੜ੍ਹਦੇ ਵੀ ਸੀਗੇ, ਔਰ ਜਦੋਂ ਉਹ ਇੱਥੇ ਖੇਡਣਾ ਉਹਨਾਂ ਨੇ ਸ਼ੁਰੂ ਕੀਤਾ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਉਹ ਜ਼ਮੀਨੀ ਪੱਧਰ ਤੇ ਆਮ ਲੋਕਾਂ ਨਾਲ ਜੁੜੇ ਰਹੇ ਨੇ, ਅੱਜ ਵੀ ਜੁੜੇ ਹੋਏ ਨੇ। ਸੋ ਇੱਦਾਂ ਦੇ ਜਿਹੜੇ ਲੀਡਰ ਨੂੰ ਕਾਂਗਰਸ ਨੂੰ ਚਾਹੀਦਾ ਹੈ ਕਿ ਅੱਗੇ ਲਾਇਆ ਜਾਏ, ਔਰ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹੈਗਾ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਨੂੰ, ਉਹਨਾਂ ਦੇ, ਮੈਂ ਇਹ ਨਹੀਂ ਕਹਿਣਾ ਕਿ ਸਾਡੇ ਜੇ ਪਟਿਆਲੇ ਦੇ ਨੇ ਇਸ ਕਰਕੇ, ਉਹਨਾਂ ਦੀਆਂ ਜਿਹੜੀਆਂ ਖੂਬੀਆਂ ਨੇ
उन्होंने जिहड़ा सुभाअ है उन्हों का जमीनी पद्धर से जिहड़ा जुड़ना है उहदे करके उन्हां खूबियां नूं देखदे हुए जिहड़ी हैगी है कांग्रेस की हाई कमांड नूं इह अज बहुत वड्डी लोड़ है कि इस तरह का लीडर जिहड़ा हैगा अगे ला के पंजाब दे भविख लई जिहड़ा हैगा अगे लिआंदा जावे उन्हां नूं। ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਆ ਸਕਦੇ ਆ? ਬੇਸ਼ੱਕ ਉਹਨਾਂ ਦੇ ਇੰਨੇ ਵੱਡੇ ਤਿਆਗ ਰਹੇ ਹੁਣ, ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਪਿੱਛੇ ਰੱਖਿਆ ਜਾਵੇ ਤਾਂ ਕੀ ਕਾਰਨ ਹੋ ਸਕਦਾ ਤੇ ਕੀ ਲੱਗਦਾ ਕਿ ਅੱਗੇ ਆ ਸਕਦੇ ਨੇ? ਦੇਖੋ ਮੈਨੂੰ ਇਹ ਲੱਗਦਾ ਕਿ ਜਿੰਨੀ ਦੇਰ ਕੈਪਟਨ ਸਾਹਿਬ ਬੈਠੇ ਨੇ, ਜਿੰਨੀ ਦੇਰ ਕੈਪਟਨ ਸਾਹਿਬ ਕੋਲੇ ਕਮਾਂਡ ਹੈ, ਉਨੀ ਦੇਰ ਤਾਂ ਸੰਭਾਵਨਾਵਾਂ ਬਹੁਤ ਘੱਟ ਨੇ। ਜਿਵੇਂ ਆਪਾਂ ਨੂੰ ਪਿਛਲੇ 4 ਸਾਲਾਂ 'ਚ ਇਹ ਲਗਾਤਾਰ ਹੀ ਲੱਗ ਰਿਹਾ ਕਿ ਕੈਪਟਨ ਸਾਹਿਬ ਉਹਨਾਂ ਦਾ ਨਾਂ ਸੁਣ ਕੇ ਰਾਜ਼ੀ ਨਹੀਂ ਹੈਗੇ ਅੰਦਰੋਂ। ਉੱਪਰੋਂ ਉੱਪਰੋਂ ਬੇਸ਼ੱਕ ਜਦੋਂ ਪ੍ਰੈਸ਼ਰ ਪੈਂਦਾ ਉਹ ਗਲਵੱਕੜੀ ਪਾਉਂਦੇ ਨੇ ਜਾਂ ਉਹਨਾਂ ਨਾਲ ਖਾਣੇ ਤੇ ਇੱਕ ਦੂਜੇ ਨਾਲ ਟੇਬਲ ਸਾਂਝਾ ਕਰਦੇ ਨੇ, ਪਰ ਆਪਾਂ ਨੂੰ ਪਤਾ ਹੈ ਕਿ ਦਿਲ ਸਾਂਝੇ ਨਹੀਂ ਹੋ ਰਹੇ। ਦਿਲਾਂ ਦੇ ਵਿੱਚ ਜਿਹੜੀ ਇੰਨੀਆਂ ਦੂਰੀਆਂ ਵਧੀਆਂ ਹੋਈਆਂ ਨੇ ਔਰ ਦਿਲਾਂ ਦੀ ਦੂਰੀ ਜਿਉਂ ਜਿਉਂ ਵੱਧ ਰਹੀ ਹੈ ਔਰ ਤਿਉਂ ਤਿਉਂ ਇਹਨਾਂ ਦੇ ਵਿੱਚ ਖਟਾਸ ਪੈਦਾ ਹੋ ਰਹੀ ਹੈ। ਤੁਸੀਂ ਇਹਨਾਂ ਦੇ ਟਵੀਟਾਂ ਦੀ ਆਪਾਂ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਹਾਂ, ਟਵੀਟਾਂ ਤੋਂ ਵੀ ਇਹੀ ਗੱਲਾਂ ਲੱਗਦੀਆਂ ਨੇ ਕਿ ਇਹਨਾਂ ਦੀਆਂ ਮਨਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹ ਇੰਨੀਆਂ ਵੱਧ ਚੁੱਕੀਆਂ ਨੇ ਕਿਉਂਕਿ ਉਹਦੇ ਵਿੱਚ ਵਿਚਾਰਧਾਰਕ ਟਕਰਾਓ ਨੇ। ਵਿਚਾਰਧਾਰਕ ਟਕਰਾਓ ਸੁਖਵਿੰਦਰ ਜੀ ਇਹ ਨੇ ਕਿ ਇੱਕ ਪਾਸੇ ਤਾਂ ਰਾਜਾ ਸ਼ਾਹੀ ਹੈ ਔਰ ਰਜਵਾੜਾ ਸ਼ਾਹੀ ਹੈ ਔਰ ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਮੈਂ ਪੈਸੇ ਦੇ ਜ਼ੋਰ ਦੇ ਨਾਲ, ਤਾਕਤ ਦੇ ਜ਼ੋਰ ਨਾਲ ਫਿਰ ਜਿੱਤ ਸਕਦਾ, ਜਿਵੇਂ ਉਹਨਾਂ ਨੇ ਕਿਹਾ ਪ੍ਰਸ਼ਾਂਤ ਕਿਸ਼ੋਰ ਨੂੰ ਲਿਆ ਸਕਦਾ, ਉਹਨੂੰ ਪੈਸੇ ਜਿਹੜੇ ਨੇ ਉਹ ਦਵਾਏ ਜਾ ਰਹੇ ਨੇ, ਉਹਨਾਂ ਨੂੰ ਕਰੋੜਾਂ ਰੁਪਇਆ ਜਿਹੜਾ ਹੈਗਾ ਇਸ ਗੱਲ ਦਾ ਦਿੱਤਾ ਜਾ ਰਿਹਾ ਕਿ ਤੁਸੀਂ ਸਾਨੂੰ ਦੁਬਾਰਾ ਕਿਵੇਂ ਜਿਤਾਉਣਾ ਹੈ। ਦੂਜੇ ਪਾਸੇ ਆਮ ਲੋਕ ਨੇ, ਆਮ ਲੋਕਾਂ ਨਾਲ ਜੁੜਿਆ ਨੇਤਾ ਹੈ ਨਵਜੋਤ ਸਿੱਧੂ ਜੀ, ਇਹਨਾਂ ਦਾ ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ ਤਾਂ ਬਹੁਤ ਸਾਰਾ ਜਿਹੜਾ ਫਰਕ ਤੁਸੀਂ ਸੋਚ ਦਾ, ਵਿਚਾਰਧਾਰਾ ਦਾ ਉਹ ਫਰਕ ਹੈ, ਉਹੀ ਉਹੀ ਟਕਰਾਅ ਦਾ ਕਾਰਨ ਬਣਦਾ, ਉਹੀ ਵਿਚਾਰਧਾਰਕ ਫਰਕ ਜਿਹੜਾ ਹੈਗਾ ਟਕਰਾਅ ਬਣਿਆ ਹੋਇਆ, ਇੱਕ ਪਾਸੇ ਰਜਵਾੜਾ ਸ਼ਾਹੀ ਦੂਜੇ ਪਾਸੇ ਆਮ ਲੋਕ। ਸੋ ਆਮ ਲੋਕ ਮੈਨੂੰ ਲੱਗਦਾ ਕਿ ਜਿਹੜੀ ਆਮ ਲੋਕ ਨੇ, ਆਮ ਲੋਕਾਂ ਦੀ ਸੋਚ ਦੇ ਨੁਮਾਇੰਦੇ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਅੱਗੇ ਲਿਆ ਕੇ ਜੇ ਕਾਂਗਰਸ ਨੇ ਬਚਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਅੱਗੇ ਲਾਉਣਾ ਪਏਗਾ। ਨਹੀਂ ਤਾਂ ਕੀ ਇਹਦਾ ਨਤੀਜਾ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕੁੱਟਣ ਔਰ ਜਿਹੜੀ ਬੇਇੱਜ਼ਤੀ ਉੱਥੇ ਹੋ ਰਹੀ ਹੈ ਉਹ ਹੋਰ ਵੱਧਦੀ ਜਾਏਗੀ ਔਰ ਅਖੀਰ ਨੂੰ ਸਿੱਧੂ ਸਾਹਿਬ ਨੂੰ ਮੈਨੂੰ ਲੱਗਦਾ ਕਿ ਵੱਡਾ ਸਟੈਪ ਲੈਣ ਲਈ ਜਿਹੜੀ ਹੈਗੀ ਆ ਉਹ ਸਮਾਂ ਆ ਸਕਦਾ ਹੈ, ਉਹ ਨੇੜੇ ਹੈ ਮੈਨੂੰ ਲੱਗਦਾ ਹੈ ਜੋ ਜੀ। ਸੁਖਵਿੰਦਰ ਜੀ ਭਵਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਧੰਨਵਾਦ। ਤਾਂ ਇਹ ਸਨ ਡਾਕਟਰ ਭਵਿੰਦਰ ਸਿੰਘ, ਜਿਹਨਾਂ ਦੇ ਵੱਲੋਂ ਕੁੱਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ, ਆਪਣੇ ਵਿਚਾਰ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਭਵਿੰਦਰ ਸਿੰਘ ਜੀ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ। ਧੰਨਵਾਦ।